ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਨੇ? ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਨਿਹੰਗਰੀ 'ਤੇ। ਅੱਜ ਦੀ ਜਿਹੜੀ ਗੱਲਬਾਤ ਕਰਨੀ ਆਪਾਂ ਸਰਬੀਆ ਬਾਰੇ ਕਰਨੀ ਆ। ਵੀ ਸਰਬੀਆ ਬਾਰੇ ਕਾਫ਼ੀ ਬੰਦੇ ਅਪਡੇਟ ਪੁੱਛਦੇ ਸੀ, ਹੈ ਨਾ, ਵੀ ਸਰਬੀਆ ਆਉਣਾ ਚਾਹੀਦਾ ਹੁਣ ਜਾਂ ਨਹੀਂ, ਵੀ ਕੀ ਚੱਲ ਰਿਹਾ। ਜਿਹੜੇ ਡੋਂਕੀ ਲਾ ਕੇ ਆਉਂਦੇ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ, ਵੀ ਕਿਵੇਂ ਚੱਲਦਾ ਪ੍ਰੋਸੈਸ, ਹੈ ਨਾ, ਕੀ ਹਾਲਾਤ ਨੇ ਉੱਥੇ ਦੇ, ਸਾਰੀ ਗੱਲਬਾਤ ਕਰਾਂਗੇ। ਅਤੇ ਪਹਿਲਾਂ ਸਾਰੇ ਜਣੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਪੂਰੀ ਦੇਖ ਲਿਆ ਕਰੋ ਅਤੇ ਲਾਈਕ ਸ਼ੇਅਰ ਵੀ ਕਰ ਦਿਆ ਕਰੋ, ਹੈ ਨਾ। ਅਤੇ ਚਲੋ ਸ਼ੁਰੂ ਕਰਦੇ ਹਾਂ ਵੀਡੀਓ 'ਤੇ। ਹਾਂਜੀ, ਤੁਹਾਨੂੰ ਪਤਾ ਹੀ ਆ ਵੀ ਸਰਬੀਆ ਪਹਿਲਾਂ ਕੀ ਸੀ, ਇੰਡੀਆ ਵਾਲਿਆਂ ਨੂੰ ਵੀਜ਼ਾ ਫ੍ਰੀ ਸੀਗਾ, ਪਰ ਇੱਧਰੋਂ ਦੇਸ਼ਾਂ ਨੇ, ਸ਼ਾਂਗਨ ਦੇਸ਼ਾਂ ਵਾਲਿਆਂ ਨੇ, ਜਰਮਨੀ ਨੇ ਦਬਾਅ ਪਾ ਕੇ ਸਰਬੀਆ ਤੋਂ ਜਿਹੜਾ ਵੀਜ਼ਾ ਬੰਦ ਕਰਾ ਦਿੱਤਾ ਸੀ ਇੰਡੀਆ ਵਾਲਿਆਂ ਨੂੰ। ਅਤੇ ਹੁਣ ਆਪਾਂ ਨੂੰ ਜਿਹੜਾ ਵਾ ਵੀਜ਼ਾ ਲੈ ਕੇ ਆਉਣਾ ਪੈਂਦਾ ਵਾ। ਅਤੇ ਜਿਹੜੀ ਗੱਲ ਆਉਂਦੀ ਆ ਡੋਂਕੀ ਦੀ, ਵੀ ਡੋਂਕੀ ਲਾ ਕੇ, ਕਈ ਪੁੱਛਦੇ ਹੁੰਦੇ ਆ ਵੀ ਡੋਂਕੀ ਲਾ ਕੇ ਆਈਏ ਬਾਈ ਸਰਬੀਆ ਕੰਨੀ ਦੀ, ਹੁਣ ਹੈਗਾ ਠੀਕ ਆ ਮਾਹੌਲ, ਕਿਵੇਂ ਆ, ਵੀ ਐਂਟਰੀ ਮਿਲ ਜਾਂਦੀ ਆ? ਅਤੇ ਬਾਈ ਮੈਂ ਤੁਹਾਨੂੰ ਨਵੀਂ ਉਹ ਗੱਲ ਦੱਸਦਾ ਵਾਂ, ਥੋੜ੍ਹੇ ਦਿਨ ਹੀ ਹੋਏ ਨੇ, ਇਹ ਕੱਲ੍ਹ ਦੀ ਵੀ ਗੱਲ ਆ ਇਹਦੇ ਵਿੱਚ। ਅਤੇ ਕੀ ਹੋਇਆ ਵਾ ਇੱਥੇ ਸਰਬੀਆ ਦੇ ਵਿੱਚ, ਜਿਹੜਾ ਵਾ 3-4 ਦਿਨ ਹੋ ਗਏ, ਜਾਣੀ ਉੱਥੇ ਗਰੁੱਪਾਂ ਦੇ ਵਿੱਚ ਲੜਾਈ ਚੱਲ ਰਹੀ ਸੀ ਜੰਗਲ ਨੇ, ਜਿਹੜੇ ਜਿੱਧਰ ਦੀ ਆਪਣੇ ਲੋਕ ਡੋਂਕੀ ਲਾਉਂਦੇ ਨੇ, ਹੈ ਨਾ। ਅਤੇ ਉੱਥੇ ਦੋ ਗਰੁੱਪਾਂ ਦੀ ਲੜਾਈ ਚੱਲ ਰਹੀ ਸੀ, ਪਾਕਿਸਤਾਨੀ ਸੀਗੇ ਵਿੱਚ, ਇੱਧਰ ਅਫਰੀਕਾ ਵਾਲੇ ਸੀਗੇ, ਹੈ ਨਾ, ਜਿਹੜੇ ਡੋਂਕੀ ਲਾ ਕੇ ਆਉਂਦੇ ਨੇ। ਉਹ ਕੀ ਸੀ, ਉਹ ਲੋਕ ਸੀਗੇ ਜਿਹੜੇ ਡੋਂਕੀ ਲਵਾਉਂਦੇ ਨੇ, ਹੈ ਨਾ, ਆਪਣੇ ਬੰਦਿਆਂ ਨੂੰ, ਵੀ ਜਿਹੜੇ ਆਪਣੇ ਬੰਦੇ ਆਉਂਦੇ ਨੇ ਉਹਨਾਂ ਨੂੰ ਉੱਥੇ ਸਾਂਭਦੇ ਨੇ ਜੰਗਲਾਂ ਦੇ ਵਿੱਚ, ਪਾਰ ਕਰਾਉਂਦੇ ਨੇ ਰਸਤਾ। ਅਤੇ ਉਹਨਾਂ ਦੇ ਵਿੱਚ ਲੜਾਈ ਚੱਲ ਰਹੀ ਸੀ, ਅਤੇ ਜਿਹਦੇ ਵਿੱਚ 3 ਲੋਕਾਂ ਦੀ ਮੌਤ ਵੀ ਹੋ ਗਈ, ਪ੍ਰਵਾਸੀਆਂ ਦੀ, ਹੈ ਨਾ, ਜਿਨ੍ਹਾਂ ਨੇ ਪਾਰ ਕਰਕੇ ਇੱਧਰ ਆਉਣਾ ਸੀਗਾ ਡੋਂਕੀ ਲਾ ਕੇ, ਉਹਨਾਂ ਵਿੱਚੋਂ 3 ਜਣਿਆਂ ਦੀ ਮੌਤ ਵੀ ਹੋ ਗਈ। ਅਤੇ ਜਦੋਂ ਇੱਧਰ ਸਰਬੀਆ ਦੀ ਸਰਕਾਰ ਨੂੰ ਇਹ ਪਤਾ ਲੱਗਿਆ, ਪੂਰਾ ਦਿਨ ਹੋ ਗਿਆ ਗੋਲੀ ਚੱਲ ਰਹੀ ਆ, ਤਾਂ ਉਹਨਾਂ ਦੇ ਰਾਸ਼ਟਰਪਤੀ, ਸਰਬੀਆ ਦੇ ਰਾਸ਼ਟਰਪਤੀ ਨੇ ਪੁਲਿਸ ਨੂੰ ਆਦੇਸ਼ ਕੀਤੇ, ਜਾਰੀ ਅਧਿਕਾਰੀਆਂ ਨੂੰ, ਵੀ ਜਿਹੜਾ ਵਾ ਚਾਹੇ ਫੌਜ ਦੀ ਵਰਤੋਂ ਕਰਨੀ ਪਵੇ, ਇਹਨਾਂ ਨੂੰ ਸਾਰਿਆਂ ਨੂੰ ਫੜਿਆ ਜਾਵੇ, ਹੈ ਨਾ, 1-2 ਦਿਨ ਦੇ ਵਿੱਚ ਵਿੱਚ। ਅਤੇ ਪੁਲਿਸ ਨੇ ਜਿਹੜਾ ਓਪਰੇਸ਼ਨ ਸ਼ੁਰੂ ਕਰਿਆ ਸਰਬੀਆ ਦੇ ਵਿੱਚ, ਲਗਭਗ ਜਿਹੜੇ ਉਹਨਾਂ ਨੇ ਗ੍ਰਿਫਤਾਰ ਕੀਤੇ ਨੇ 3400 ਬੰਦਾ ਗ੍ਰਿਫਤਾਰ ਕੀਤਾ ਵਾ ਸਰਬੀਆ ਦੇ ਵਿੱਚੋਂ, ਹੈ ਨਾ, ਜੰਗਲਾਂ ਦੇ ਵਿੱਚੋਂ, ਹੰਗਰੀ ਦੇ ਬਾਰਡਰ ਕੋਲ, ਹੰਗਰੀ ਦੇ ਬਾਰਡਰ ਕੋਲ ਆ ਇਹ ਗੱਲਬਾਤ, ਕਿਉਂਕਿ ਹੰਗਰੀ ਦੀ ਜਿਹੜੇ ਇੱਧਰ ਸਰਕਾਰ ਆ ਉਹਨੇ ਕੀ ਕੀਤਾ ਹੋਇਆ ਵਾ, ਬਾਰਡਰ 'ਤੇ ਕੰਡਿਆਲੀ ਤਾਰ ਲਾਈ ਹੋਈ ਆ, ਵੀ ਕੋਈ ਵੀ ਇੱਧਰ ਨਾ ਐਂਟਰ ਹੋ ਸਕੇ ਉੱਧਰੋਂ ਸਰਬੀਆ ਬੰਨੀਓ, ਜਿਹੜੇ ਪ੍ਰਵਾਸੀ ਆਉਂਦੇ ਨੇ। ਅਤੇ ਉੱਥੇ ਵੀ ਗੋਲੀਬਾਰੀ ਬਹੁਤ ਚੱਲਦੀ ਆ, ਅਤੇ ਜਿਹੜੇ ਹੁੰਦੇ ਨੇ ਲੋਕ ਹੁੰਦੇ ਨੇ, ਜਿਹੜੇ ਡੋਂਕੀ ਲਵਾਉਂਦੇ ਨੇ, ਡੋਂਕਰ ਹੁੰਦੇ ਨੇ, ਇਹ ਕੀ ਕਰਦੇ ਨੇ, ਇਹਨਾਂ ਕੋਲ ਪੌੜੀ ਹੁੰਦੀ ਆ, ਪੌੜੀ ਤਾਰਾਂ ਦੇ ਉੱਤੇ ਦੀ ਲਾ ਕੇ ਜਿਹੜੇ ਲੋਕਾਂ ਨੂੰ ਉੱਥੇ ਹੀ ਟਪਾਉਂਦੇ ਨੇ। ਅਤੇ ਸਰਬੀਆ ਦੀ ਪੁਲਿਸ ਨੇ ਜਿਹੜਾ ਓਪਰੇਸ਼ਨ ਕਰਿਆ, ਇਹਦੇ ਵਿੱਚ 3400 ਬੰਦਾ ਗ੍ਰਿਫਤਾਰ ਕੀਤਾ ਉਹਨਾਂ ਨੇ, ਵਿੱਚੇ ਡੋਂਕਰ ਨੇ, ਵਿੱਚੇ ਪ੍ਰਵਾਸੀ ਨੇ ਆਪਣੇ, ਜਿਹੜੇ ਵਿਚਾਰਿਆਂ ਨੇ ਇੰਡੀਆ, ਪਾਕਿਸਤਾਨ ਤੋਂ ਹੋਰ ਦੇਸ਼ਾਂ ਤੋਂ ਆਏ ਹੋਏ ਸੀ, ਜਿਨ੍ਹਾਂ ਨੇ ਇੱਧਰ ਆਉਣਾ ਸੀ, ਪੈਸੇ ਦਿੱਤੇ ਹੋਏ ਸੀ, ਉਹ ਵੀ ਵਿੱਚ ਫੜੇ ਗਏ, ਉਹਨਾਂ ਨੂੰ ਹੁਣ ਸਰਬੀਆ ਦੇ ਕੈਂਪਾਂ ਦੇ ਵਿੱਚ ਰੈਫਰ ਕੀਤਾ ਵਾ, ਅਤੇ ਉੱਥੋਂ ਹੁਣ ਸਾਰਿਆਂ ਨੂੰ ਜਿਹੜਾ ਵਾ ਡਿਪੋਰਟ ਕੀਤਾ ਜਾਊਗਾ, ਹੈ ਨਾ। ਅਤੇ ਲਗਭਗ ਉਹਨਾਂ ਨੂੰ ਹਥਿਆਰ ਵੀ ਬਹੁਤ ਮਿਲੇ ਨੇ ਪੁਲਿਸ ਨੂੰ, ਪੁਲਿਸ ਦਾ ਕਹਿਣਾ ਵਾ ਵੀ ਹਥਿਆਰਾਂ ਦਾ ਜ਼ਖੀਰਾ ਇੱਕ ਉਹਨਾਂ ਨੂੰ ਬਹੁਤ ਵੱਡਾ ਮਿਲਿਆ, ਜਿਹਦੇ ਵਿੱਚ ਰਾਈਫਲਾਂ ਸੀਗੀਆਂ, ਵੀ ਜਿਹਦੇ ਨਾਲ ਉਹ ਹਮਲਾ ਕਰਦੇ ਸੀ ਪੁਲਿਸ 'ਤੇ, ਹੰਗਰੀ ਦੀ ਅਤੇ ਕਦੇ ਕਿਸੇ 'ਤੇ। ਅਤੇ ਹੈ ਨਾ, ਹੁਣ ਇਹਨਾਂ ਨੂੰ ਜਾਣੀ ਗ੍ਰਿਫਤਾਰ ਕਰ ਲਿਆ ਗਿਆ ਵਾ, ਹਜੇ ਵੀ ਜਿਹੜੀ ਭਾਲ ਆ ਉਹ ਚੱਲ ਰਹੀ ਆ ਲੋਕਾਂ ਦੀ, ਵੀ ਹੋਰ ਵੀ ਗ੍ਰਿਫਤਾਰ ਕੀਤੇ ਜਾਣ, ਕਿਉਂਕਿ ਇੱਧਰੋਂ ਸਰਕਾਰਾਂ ਦਾ ਬਹੁਤ ਸਖ਼ਤ ਰੁੱਖ ਆ ਨਾ, ਉਹ ਸਰਕਾਰ 'ਤੇ ਦਬਾਅ ਪਾਉਂਦੇ ਨੇ। ਰਾਸ਼ਟਰਪਤੀ ਨੇ ਤਾਂ ਕਿਹਾ ਸੀ ਜੇ ਫੌਜ ਦੀ ਵਰਤੋਂ ਕਰਨੀ ਪੈਂਦੀ ਆ ਤਾਂ ਵੀ ਉਹ ਕਰੋ, ਵੀ ਇਹਨਾਂ ਨੂੰ ਗ੍ਰਿਫਤਾਰ ਕਰੋ ਬਸ ਉਹਨਾਂ 'ਤੇ। ਹੁਣ ਜਾਣੀ ਇੰਨੇ ਕੁ ਲੋਕ ਉਹਨਾਂ ਨੇ ਗ੍ਰਿਫਤਾਰ ਕਰ ਲਏ ਨੇ, 3400 ਦੀ ਗ੍ਰਿਫਤਾਰੀ ਬੰਦਿਆਂ ਦੀ ਹੋ ਚੁੱਕੀ ਆ, ਹੈ ਨਾ। ਅਤੇ ਇਸ ਲਈ ਇਹੀ ਕਹਿਣਾ ਵਾ ਤੁਹਾਨੂੰ ਵੀ ਭਾਈ ਜਿਹਨੇ ਵੀ ਆਉਣਾ ਵਾ ਆਪਦਾ ਦੇਖ ਕੇ ਨਾ ਆਓ ਨਾ, ਮੈਂ ਤਾਂ ਕਹਿੰਦਾ ਰਿਸ਼ਤਾ ਨਾ ਹੀ ਅਪਣਾਓ, ਇਦੋਂ ਪੰਜਾਬ ਵਧੀਆ, ਇਦੋਂ ਆਪਣੇ ਘਰੇ ਬੈਠੋ, ਕਿਉਂਕਿ ਪਤਾ ਨਹੀਂ ਲੱਗਦਾ ਨਾ ਵੀ ਕਿਹਦੀ ਮੌਤ ਕਿੱਥੇ ਹੋ ਜਾਣੀ ਆ। ਇੱਕ ਤਾਂ ਹੁਣ ਠੰਡ ਸ਼ੁਰੂ ਹੋ ਜਾਣੀ ਆ, ਤੁਹਾਨੂੰ ਐਵੇਂ ਹੀ ਆਪਣੇ ਜਵਾਕਾਂ ਨੂੰ ਜੇ ਮਾਂ ਪਿਓ ਸੁਣਦੇ ਆ ਵੀਡੀਓ ਤਾਂ ਨਾ ਭੇਜਣਾ, ਵੀ ਥੋੜ੍ਹੇ ਪੈਸਿਆਂ ਪਿੱਛੇ ਉਹਨਾਂ ਦੀ ਜ਼ਿੰਦਗੀ ਖਰਾਬ ਕਰੋਗੇ, ਹੈ ਨਾ, ਮਾੜੇ ਮੋਟੇ ਪੈਸਿਆਂ ਤੋਂ ਵੀ ਜਾਂਦੇ ਲੱਗੋਗੇ। ਇਸ ਲਈ ਆਉਣਾ ਜੇ ਇੱਕ ਨੰਬਰ 'ਚ ਆਓ। ਬਾਕੀ ਹੁਣ ਸਰਬੀਆ ਦੇ ਵਰਕ ਪਰਮਿਟ ਦੀ ਗੱਲ ਕਰਦੇ ਆ, ਹੈ ਨਾ, ਵੀ ਵਰਕ ਪਰਮਿਟ 'ਤੇ ਆਉਣਾ ਚਾਹੀਦਾ ਜਾਂ ਨਹੀਂ। ਸਰਬੀਆ ਦੇ ਵਰਕ ਪਰਮਿਟ ਲੱਗ ਰਹੇ ਨੇ ਨਾ, ਕਾਫ਼ੀ ਲਵਾ ਰਹੇ ਨੇ ਬੰਦੇ। ਅਤੇ ਸਰਬੀਆ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ਹੈ ਨਾ, ਵੀ ਜੇ ਤੁਸੀਂ ਦੁਬਈ ਲਾ ਲਓ ਵੀ ਜਾਂ ਹੋਰ ਜਿਹੜੀ ਉੱਧਰ ਅਰਬ ਕੰਟਰੀਆਂ ਵਿੱਚ ਜਾਂਦੇ ਹੋ, ਉਨੇ ਕੁ ਪੈਸੇ ਬਣਦੇ ਨੇ ਸਰਬੀਆ ਦੇ ਵਿੱਚ ਜੇ ਕੰਪਨੀਆਂ ਵਧੀਆ ਹੋਣ। ਅਤੇ ਕਾਫ਼ੀ ਬੰਦੇ ਆਪਣੇ ਕਰਦੇ ਵੀ ਨੇ ਵਰਕ ਪਰਮਿਟ 'ਤੇ ਕੰਮ, ਜੇ ਤੁਸੀਂ ਵਰਕ ਪਰਮਿਟ 'ਤੇ ਆਉਣਾ ਚਾਹੁੰਦੇ ਹੋ ਉਹਦੇ 'ਤੇ ਆ ਸਕਦੇ ਹੋ, ਹੈ ਨਾ। ਅਤੇ ਉੱਥੇ ਕੰਮ ਕਰੋ, ਜਾਣੀ ਉੱਥੋਂ ਅੱਗੇ ਦਾ ਰਾਹ ਨਾ ਦੇਖੋ ਵੀ ਹਾਂ ਸਾਨੂੰ ਅੱਗੇ ਦੀ ਐਂਟਰੀ ਮਿਲ ਜੂਗੀ, ਅੱਗੇ ਦੀ ਐਂਟਰੀ ਕੁਛ ਨਹੀਂ ਮਿਲਦੀ ਹੈਗੀ। ਜੇ ਤੁਸੀਂ ਹਾਂ 2-3 ਸਾਲ ਲਗਾਤਾਰ ਕੰਮ ਕਰਦੇ ਹੋ ਸਰਬੀਆ ਦੇ ਵਿੱਚ, ਉਦੋਂ ਬਾਅਦ ਅੱਗੇ ਕਿਤੇ ਨਾ ਕਿਤੇ ਜਾ ਸਕਦੇ ਹੋ, ਹੈ ਨਾ। ਉਦੋਂ ਬਾਅਦ ਤਾਂ ਤੁਸੀਂ ਕੀ ਆ ਉੱਥੋਂ ਵੀਜ਼ਾ ਅਪਲਾਈ ਕਰਕੇ ਜਾਂ ਤਾਂ ਟੂਰਿਸਟ ਪਹਿਲਾਂ ਆਲੇ ਦੁਆਲੇ ਦੇਸ਼ ਘੁੰਮ ਕੇ, ਜਿਵੇਂ ਰੋਮਾਨੀਆ ਹੋ ਗਿਆ, ਬਲਗਾਰੀਆ ਹੋ ਗਿਆ, ਇੱਦਾਂ ਦੀਆਂ ਕੰਟਰੀਆਂ ਘੁੰਮ ਕੇ ਉਦੋਂ ਬਾਅਦ ਤੁਸੀਂ ਜਿਹੜਾ ਵਾ ਟੂਰਿਸਟ ਵੀਜ਼ਾ ਸੈਨਗਨ ਲਈ ਅਪਲਾਈ ਕਰ ਸਕਦੇ ਹੋ। ਉਦੋਂ ਬਾਅਦ ਹੈ ਨਾ ਅੱਗੇ ਆ ਜਾਇਓ,
ਤੁਹਾਨੂੰ ਕੋਈ ਨਹੀਂ ਰੋਕੇਗਾ। ਬਸ ਇੰਨੀ ਕੁ ਜਾਣੀ ਜਾਣਕਾਰੀ ਸ਼ੇਅਰ ਕਰਨੀ ਸੀ ਵੀ ਡੋਂਕੀ ਵਾਲੇ ਰਾਹ 'ਚ ਨਾ ਪਵੋ, ਕਿਉਂਕਿ ਬਹੁਤ ਖਤਰਾ ਵਾ। ਹੁਣ ਇੱਧਰ ਪੁਲਿਸ ਦੀ ਬਹੁਤ ਸਖਤਾਈ ਆ ਸਾਰੇ ਦੇਸ਼ਾਂ ਦੀ, ਲਗਭਗ ਇਟਲੀ ਨੇ ਜਿਹੜਾ ਵਾ ਸਲਵੇਨੀਆ 'ਤੇ ਦਬਾਅ ਪਾਇਆ ਹੋਇਆ ਵੀ ਤੁਹਾਡੇ ਇੱਧਰੋਂ ਹੈ ਨਾ ਸਾਡੇ ਇੱਧਰ ਐਂਟਰ ਬੰਦੇ ਹੁੰਦੇ ਨੇ, ਅਤੇ ਸਲਵੇਨੀਆ ਨੇ ਅੱਗੇ ਨਾਲ ਦੇਸ਼ ਜਿਹੜਾ ਲੱਗਦਾ ਕਰਸ਼ੀਆ, ਸਲਵਾਕੀਆ ਨੇ ਕਰਸ਼ੀਆ 'ਤੇ ਦਬਾਅ ਪਾਇਆ ਹੋਇਆ ਅਤੇ ਨਾਲ ਹੰਗਰੀ 'ਤੇ ਦਬਾਅ ਪਾਇਆ ਹੋਇਆ। ਸਾਰੇ ਪਾਸੇ ਪੁਲਿਸ ਜਾਣੀ ਮਸਤੈਦ ਆ, ਕਿਉਂਕਿ ਸਾਰੇ ਮਾਈਗ੍ਰੇਸ਼ਨ ਤੋਂ ਦੁਖੀ ਨੇ ਹੈ ਨਾ, ਵੀ ਇੰਨੇ ਇੰਨੇ ਲੋਕ ਆ ਰਹੇ ਨੇ। ਇਸ ਲਈ ਤੁਹਾਨੂੰ ਇਹੀ ਬੇਨਤੀ ਆ ਵੀ ਐਵੇਂ ਇਹ ਚੱਕਰਾਂ 'ਚ ਨਾ ਪਵੋ, ਸਿੱਧਾ ਆਓ, ਵਰਕ ਪਰਮਿਟ 'ਤੇ ਆਓ, ਜਿਹਨੇ ਵੀ ਆਉਣਾ ਵਾ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਹੈ ਨਾ। ਅਤੇ ਇੰਨੀ ਕੁ ਵੀਡੀਓ ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਠੀਕ ਆ ਜੀ। ਬਾਕੀ ਧੰਨਵਾਦ ਸਾਰਿਆਂ ਦਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।